ਤਾਂ ਹੁਣ ਆਪਾਂ ਤੁਹਾਨੂੰ ਰਾਕਟ ਲਾਂਚਿੰਗ ਦਾ ਜਿਹੜਾ ਸਿਸਟਮ ਘਰ ਦੇ ਵਿੱਚ ਹੀ ਮੈਂ ਬਣਾਇਆ ਹੋਇਆ ਉਹ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਇੱਕ ਬੋਤਲ ਹੈ, ਬੋਤਲ ਦੇ ਵਿੱਚ ਆਪਾਂ ਨੇ ਪਾਣੀ ਭਰਿਆ ਬਸ, ਹੋਰ ਕੋਈ ਖਾਸ ਇਹਦੇ ਵਿੱਚ ਕੋਈ ਮਤਲਬ ਵੀ ਸਬਸਟੈਂਸ ਨਹੀਂ ਪਾਇਆ ਹੈ, ਇਕੱਲਾ ਪਾਣੀ ਹੈ ਜੀ, ਆਮ ਪਾਣੀ। ਤਾਂ ਹੁਣ ਪਾਣੀ ਕੋਈ ਗਰਮ ਠੰਡੇ ਦਾ ਕੁਝ? ਨਾ ਨਾ ਨਾ, ਕੋਈ ਵੀ ਪਾਣੀ ਹੋ ਸਕਦਾ, ਕੋਈ ਜ਼ਰੂਰੀ ਨਹੀਂ ਹੈ ਵੀ ਗਰਮ ਕਰਨਾ ਜਾਂ ਹੋਰ ਕੁਛ ਕਰਨਾ। ਹੁਣ ਇਸ ਦੇ ਵਿੱਚ ਆਪਾਂ ਨੇ ਇਹਦੇ ਮੂਹਰੇ ਇਹ ਵਾਲ ਜਿਹੜਾ ਆਪਾਂ ਟਿਊਬ ਦੇ ਵਿੱਚ ਹੁੰਦਾ ਨਾ ਜੀ, ਸਾਈਕਲ ਦੇ ਵਿੱਚ ਜਿਹੜੀ ਟਿਊਬ ਹੋਇਆ ਕਰਦੀ ਹੈ, ਤਾਂ ਉਹ ਵਨ ਵੇ ਹੁੰਦਾ, ਹਵਾ ਅੰਦਰ ਤਾਂ ਜਾ ਸਕਦੀ, ਬਾਹਰ ਨਹੀਂ ਆ ਸਕਦੀ। ਤਾਂ ਹੁਣ ਇਹ ਇਸ ਦੇ ਉੱਤੇ ਲਗਾਇਆ ਵੀ ਹਵਾ ਇਹਦੇ ਅੰਦਰ ਅੰਦਰ ਜਾਈ ਜਾਵੇ, ਬਾਹਰ ਆਉਣ ਨਹੀਂ ਦੇਊਗੀ, ਤਾਂ ਉਹਦੇ ਵਿੱਚ ਹਵਾ ਦਾ ਦਬਾਓ ਬਣ ਜੂਗਾ। ਹੁਣ ਅਸੀਂ ਇਹਦਾ ਇੱਕ ਲਾਂਚਿੰਗ ਪੈਡ ਤਿਆਰ ਕੀਤਾ, ਇਹ ਕੀਪ ਲੈ ਕੇ ਮੈਂ ਬਾਜ਼ਾਰੋਂ, ਅਤੇ ਉਹਦੇ ਨਾਲ ਹੀ ਇਸ ਨੂੰ ਬਣਾਇਆ, ਉਸ ਦੇ ਉੱਤੇ ਇਹਦੇ ਰਾਕਟ ਖੜ੍ਹਾ ਕਰ ਲਿਆ ਜੀ ਆਪਾਂ ਨੇ, ਆਪਣਾ ਦੇਸੀ ਰਾਕਟ ਹੈ ਜੀ। ਹੁਣ ਇਸ ਰਾਕਟ ਦੇ ਵਿੱਚ ਪਾਣੀ ਹੈ ਬਸ, ਹੋਰ ਕੁਛ ਨਹੀਂ ਹੈਗਾ। ਇਹ 'ਚ ਹਵਾ ਭਰੂੰਗਾ ਪੰਪ ਦੇ ਨਾਲ, ਹਵਾ ਇਹਦੇ ਵਿੱਚ ਜਾਊਗੀ, ਹਵਾ ਬਾਹਰ ਨਹੀਂ ਆ ਸਕਦੀ, ਹਵਾ ਦਾ ਦਬਾਓ ਵਧੀ ਜਾਊ ਵਧੀ ਜਾਊ ਵਧੀ ਜਾਊ, ਇੱਕ ਟਾਈਮ ਇਹੋ ਜਿਹਾ ਆਜੂਗਾ ਇੰਨਾ ਦਬਾਓ ਵੱਧ ਜੂਗਾ, ਉਹ ਪਾਣੀ ਨੂੰ ਧੱਕਾ ਮਾਰੂਗੀ, ਪਾਣੀ ਹੇਠਾਂ ਆਜੂਗਾ, ਬੋਤਲ ਤਾਹਾਂ ਜਾਣੀ ਚਾਹੀਦੀ ਹੈ। ਕਰਕੇ ਦੇਖ ਲੈਂਦੇ ਹਾਂ, ਬੋਤਲ ਰਾਕਟ ਬਣੂ? ਰਾਕਟ ਬਣੂਗੀ ਜੀ, ਬਿਲਕੁਲ ਉੱਪਰ ਨੂੰ ਜਾਊਗੀ, ਤੁਸੀਂ ਦੇਖਦੇ ਰਹੋਗੇ ਆਕਾਸ਼ ਦੇ ਵਿੱਚ ਜਾਊਗੀ ਇਹ। ਤਾਂ ਇਸ ਤਰ੍ਹਾਂ ਹੀ ਰਾਕਟ ਕੰਮ ਕਰਦੇ ਆ ਕਿ ਉਹਨਾਂ ਦੇ ਵਿੱਚ ਜਿਹੜਾ ਫਿਊਲ ਹੁੰਦਾ ਉਹ ਹੇਠਾਂ ਨੂੰ ਧੱਕਾ ਮਾਰਦਾ, ਤੁਸੀਂ ਦੇਖਿਆ ਹੋਣਾ ਜਦੋਂ ਅਸੀਂ ਟੀਵੀ 'ਚ ਦੇਖਦੇ ਹਾਂ, ਉਹ ਹੇਠਾਂ ਨੂੰ ਪੁਸ਼ ਕਰਦੀਆਂ ਗੈਸਾਂ, ਅਤੇ ਉਹ ਰਾਕਟ ਸਾਡਾ ਉੱਪਰ ਨੂੰ ਜਾ ਰਿਹਾ ਹੁੰਦਾ, ਅਤੇ ਉਹ ਸੈਟੇਲਾਈਟਸ ਨੂੰ ਲੈ ਕੇ ਜਾ ਰਿਹਾ ਹੁੰਦਾ। ਤਾਂ ਇਸੇ ਤਰ੍ਹਾਂ ਹੀ ਇਹ ਕੰਮ ਕਰੂਗਾ ਜੀ ਤੁਹਾਡੇ ਸਾਹਮਣੇ। ਅਤੇ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਅਪੋਜ਼ਿਟ, ਨਿਊਟਨ ਦੀ ਗਤੀ ਦਾ ਤੀਸਰਾ ਨਿਯਮ ਹੈ ਜਿਹੜਾ ਆਪਾਂ ਦੇਖਦੇ ਹਾਂ ਹੁਣ ਕਿਵੇਂ ਸਿੱਧ ਹੁੰਦਾ ਸਾਡੇ ਸਾਹਮਣੇ। ਜੋ ਕਿਤਾਬਾਂ 'ਚ ਲਿਖਿਆ ਹੱਥੀਂ ਸਿੱਧ ਕਰੋ ਪ੍ਰਯੋਗ ਕਰੋ, ਉਹ ਦੇਖੋ ਉਹਦੇ 'ਚ ਬੁਲਬਲੇ ਜਾਣੇ ਸ਼ੁਰੂ ਹੋ ਗਏ ਹੋਏ ਆ, ਇਹ ਦੇਖੋ ਉਹ ਗਈ ਜੀ ਬੋਤਲ, ਉਹ ਗਈ, ਦੇਖ ਸਕਦੇ ਹੋ ਤੁਸੀਂ। ਤਾਂ ਇਹ ਬੜਾ ਇੱਕ ਮਤਲਬ ਵੀ ਆਸਾਨ ਜਿਹਾ ਪ੍ਰਯੋਗ ਕਿਹਾ ਜਾ ਸਕਦਾ ਇਸ ਨੂੰ। ਤਾਂ ਬੱਚੇ ਤਾਂ ਮੈਂ ਕਹਿੰਦਾ ਇਹਦਾ ਖੜ੍ਹਾ ਹੀ ਨਹੀਂ ਛੱਡਦੇ, ਉਹ ਕਹਿੰਦੇ ਮੈਂ ਕਰੂੰ, ਉਹ ਕਹਿੰਦਾ ਮੈਂ ਕਰੂੰ, ਬਸ ਆਹ ਮੈਂ ਕਰੂੰ ਦੇ ਵਿੱਚ ਹੀ ਵਿਗਿਆਨ ਲੁਕਿਆ ਹੋਇਆ ਸਾਡਾ। ਅਤੇ ਹੋਰ ਕਿਹੜਾ ਤਜ਼ਰਬਾ ਇੱਕ ਨਿਊ ਜਿਹੜਾ ਪਾਸਕਲ ਵਿਗਿਆਨੀ ਸੀਗਾ, ਕਹਿੰਦੇ ਜੀ ਪਾਸਕਲ ਸਿਧਾਂਤ ਹੈ ਜੀ, ਇਹ ਸਪਸ਼ਟ ਕਰਦਾ, ਉਹ ਬਹੁਤ ਕੋਈ ਔਖਾ ਨਹੀਂ ਹੈ ਭਾਈ। ਆ ਦੇਖੋ ਹਵਾ ਦਾ ਦਬਾਓ ਹੈ, ਹਵਾ ਦੇ ਦਬਾਓ ਕਰਕੇ ਇੱਥੇ ਮੋਰੀਆਂ ਹੈਗੀਆਂ, ਪਰ ਪਾਣੀ ਬਾਹਰ ਨਹੀਂ ਆ ਰਿਹਾ, ਪਾਣੀ ਸਾਰੇ ਪਾਸਿਆਂ 'ਤੇ ਬਰਾਬਰ ਬਰਾਬਰ ਦਬਾਓ ਪਾਊਗਾ। ਜਦੋਂ ਹੀ ਹਵਾ ਦਾ ਦਬਾਓ ਇਹਦੇ 'ਚ ਜਾਊਗਾ, ਇਹ ਪਾਣੀ ਨੂੰ ਧੱਕਾ ਮਾਰੂਗਾ, ਪਾਣੀ ਮੋਰੀਆਂ 'ਚੋਂ ਬਾਹਰ ਨਿਕਲੂਗਾ ਔਰ ਬਰਾਬਰ ਸਾਰੇ ਪਾਸਿਆਂ 'ਤੇ ਬਰਾਬਰ। ਆਲੂ ਦਿਖਾ ਦਿੰਦਾ ਮੈਂ ਤੁਹਾਨੂੰ, ਇਹ ਦੇਖਿਓ ਜੀ, ਆਹ ਦੇਖੋ, ਦੇਖ ਰਹੇ ਹੋ ਜੀ। ਤਾਂ ਕਹਿਣ ਨੂੰ ਇਹ ਪਾਸਕਲ ਦਾ ਸਿਧਾਂਤ ਜੀ ਬੜਾ ਔਖਾ ਹੈ ਜੀ, ਕੋਈ ਮੁਸ਼ਕਲ ਕੁਛ ਵੀ ਨਹੀਂ ਹੈ। ਜਦੋਂ ਅਸੀਂ ਹੱਥੀਂ ਕਰਨ ਲੱਗ ਗਏ ਨਾ ਜੀ ਕੰਮ ਨੂੰ, ਹੱਥਾਂ 'ਚੋਂ ਇੱਕ ਵਾਰੀ ਗੱਲ ਨਿਕਲ ਗਈ, ਫਿਰ ਉਹ ਕਹਿੰਦਾ ਵੀ ਛੱਡ ਦੇ ਹੁਣ ਤੂੰ ਮੇਰੇ ਕੋਲ, ਮੈਂ ਕਰਕੇ ਦਿਖਾਉਂਦਾ ਤੈਨੂੰ। ਤੋ ਇਹ ਸਿਧਾਂਤ ਸਾਨੂੰ ਇਸ ਤਰ੍ਹਾਂ ਸਪਸ਼ਟ ਕਰਨੇ ਪੈਣਗੇ ਜੀ ਵਿਦਿਆਰਥੀ। ਇੱਕ ਉਹ ਦੱਸੋ ਫੁੱਲ ਖਿੜਦੇ ਕਿਵੇਂ ਆ, ਹੈ ਨਾ? ਉਹ ਜਿਸ ਤਰ੍ਹਾਂ ਅਸੀਂ ਆ ਸਾਹਮਣੇ ਦੇਖ ਰਹੇ ਹਾਂ ਜੀ, ਆਪਾਂ ਫੁੱਲ ਦੇਖਿਆ ਵੀ ਫੁੱਲ ਦੀ ਜਿਹੜੀ ਹੈ ਉਹ ਵੱਡ ਬਣੀ ਹੈ, ਹੈ ਨਾ ਜੀ? ਤਾਂ ਇਸ ਦੇ ਵਿੱਚ ਆਹ ਜਿਹੜਾ ਇਹਨੇ ਰੂਪ ਧਾਰਨ ਕੀਤਾ, ਇਸ ਤੋਂ ਬਾਅਦ ਇਹਦੇ ਵਿੱਚੋਂ ਪੱਤੀਆਂ ਨੇ ਖੁੱਲ੍ਹਣਾ, ਖੁੱਲ੍ਹ ਕੇ ਉਹ ਰੂਪ ਧਾਰਨ ਕਰ ਲੈਣਾ ਇਹਨੇ, ਅਤੇ ਉਹਨੇ ਖਿੜੇ ਰਹਿਣਾ। ਇੱਕ ਦਿਨ ਵੀ ਖਿੜ ਸਕਦਾ, ਦੋ ਦਿਨ ਵੀ ਖਿੜ ਸਕਦਾ, ਇਹ ਉਹਦੇ ਡਿਪੈਂਡ ਕਰਦਾ। ਪਰ ਕੀ ਇਹ ਲੱਗਦਾ ਵੀ ਇੱਕ ਦਿਨ 'ਚ ਇਹ ਸਾਰਾ ਖਿੜ ਜੂਗਾ? ਨਾ 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 ਨਾ, ਇਹਦਾ ਸਿਧਾਂਤ ਤੁਹਾਨੂੰ ਮੈਂ ਅਖਬਾਰ ਦੇ ਇੱਕ ਕਾਗਜ਼ ਦੇ ਟੁਕੜੇ ਦੇ ਨਾਲ ਕਰਕੇ ਦਿਖਾਉਂਦਾ। ਆਹ ਦੇਖੋ, ਆਹ ਇੱਕ ਅਖਬਾਰ ਦਾ ਅਸੀਂ ਛੋਟਾ ਜਿਹਾ ਟੁਕੜਾ ਲਿਆ, ਇਹਦਾ ਮੈਂ ਫੁੱਲ ਤਿਆਰ ਕਰੂੰਗਾ ਜੀ। ਇਸ ਨੂੰ ਮੈਂ ਤਾਂ ਹੀ ਤਾਂ ਕਹਿੰਦਾ ਹੁੰਦਾ ਵੀ ਤੁਸੀਂ ਐਵੇਂ ਜਾਦੂ ਜੁਦੂ ਨਾ ਸਮਝਿਆ ਕਰੋ, ਵਿਗਿਆਨ ਹੈ ਹੋਰ ਕੁਛ ਨਹੀਂ ਹੈਗਾ। ਆਹ ਦੇਖੋ ਇੱਕ ਅਖਬਾਰੀ ਕਾਗਜ਼ ਲਿਆ ਅਸੀਂ, ਠੀਕ ਹੈ ਜੀ। ਇਸ ਅਖਬਾਰੀ ਕਾਗਜ਼ ਨੂੰ ਫੁੱਲ ਬਣਾਉਣ ਦੇ ਲਈ ਆਪਾਂ ਇਸ ਨੂੰ ਗੋਲ ਬਣਾ ਲਓ। ਆਹ ਦੇਖੋ ਇਸ ਨੂੰ ਗੁਲਾਈ ਦਾ ਰੂਪ ਦੇ ਦਿੱਤਾ ਗਿਆ। ਹੁਣ ਇਸ ਦੇ ਵਿੱਚ ਇਹਦੀਆਂ ਪੱਤੀਆਂ ਤਿਆਰ ਕੀਤੀਆਂ ਜਾ ਰਹੀਆਂ, ਕਿਉਂਕਿ ਸਾਡਾ ਕਾਗਜ਼ੀ ਫੁੱਲ ਹੈ ਨਾ ਜੀ, ਤਾਂ ਕਾਗਜ਼ੀ ਫੁੱਲ ਨੂੰ ਕਾਗਜ਼ ਦੀਆਂ ਪੱਤੀਆਂ ਜਿਹੜੀਆਂ ਹੈ ਉਹ ਤੁਹਾਡੇ ਸਾਹਮਣੇ ਬਣਾ ਕੇ ਦਿਖਾ ਰਿਹਾ ਜੀ ਮੈਂ। ਇਹ ਪੱਤੀਆਂ ਤਿਆਰ ਕੀਤੀਆਂ ਜਾ ਰਹੀਆਂ, ਪੱਤੀਆਂ ਤਿਆਰ ਕਰਕੇ ਇਹਨਾਂ ਪੱਤੀਆਂ ਨੂੰ ਮੈਂ ਮੋੜ ਕੇ ਇਹਦਾ ਫੁੱਲ ਤਿਆਰ ਕਰੂੰਗਾ ਜੀ। ਇਹ ਆਹ ਦੇਖੋ, ਇਹ ਇੱਕ ਪੱਤੀ ਹੈ, ਆਹ ਦੂਸਰੀ ਪੱਤੀ ਹੈ, ਆਹ ਤੀਸਰੀ ਪੱਤੀ ਹੈ, ਆਹ ਚੌਥੀ ਹੈ, ਪੰਜਵੀਂ ਹੈ, ਛੇਵੀਂ ਹੈ, ਜੋ ਜਿਵੇਂ ਜਿਵੇਂ ਪੱਤੀਆਂ। ਇਹ ਫੁੱਲ ਤਿਆਰ ਹੋ ਗਿਆ ਜੀ ਸਾਡੇ ਕੋਲ, ਇਹ ਹੁਣ ਸਾਡਾ ਫੁੱਲ ਬਣ ਗਿਆ ਜੀ। ਹੁਣ ਤੁਹਾਨੂੰ ਦੱਸਾਂਗੇ ਵੀ ਇਹ ਖਿੜਦਾ ਕਿਵੇਂ ਹੈ। ਜਿਵੇਂ ਇਹ ਪਾਣੀ ਦੇ ਵਿੱਚ ਆਪਾਂ ਰੱਖਾਂਗੇ, ਇੱਥੇ ਤਾਂ ਪਾਣੀ 'ਚ ਰੱਖਾਂਗੇ, ਪਰ ਉੱਥੇ ਜਿਹੜਾ ਹੈ ਉਹ ਦਰਖਤ ਹੈ ਜਿਹੜਾ, ਉਹਦਾ ਜਿਹੜਾ ਤਣਾ ਹੈ ਉਹ ਧਰਤੀ ਦੇ ਵਿੱਚੋਂ ਪਾਣੀ ਨੂੰ ਖਿੱਚ ਕੇ ਫੁੱਲ ਤੱਕ ਪਹੁੰਚਾ ਰਿਹਾ। ਹੁਣ ਉਹ ਪਾਣੀ ਦੀ ਸਹਾਇਤਾ ਦੇ ਨਾਲ ਉਹ ਪੱਤੀਆਂ ਜਿਹੜੀਆਂ ਖਿੜਦੀਆਂ। ਆਹ ਦੇਖੋ, ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹੂੰਗਾ ਕਿ ਨੇੜੇ ਹੋ ਕੇ ਦਿਖਾ ਦੇਣਗੇ ਤੁਹਾਨੂੰ ਕਿ ਕਿਵੇਂ ਫੁੱਲ ਖਿੜਦਾ। ਆਹ ਦੇਖ, ਇਹਨੂੰ ਕਹਿੰਦੇ ਜੀ ਕੈਪਿਲਰੀ ਐਕਸ਼ਨ। ਇਹ ਦੇ ਵਿੱਚ ਛੋਟੀਆਂ ਛੋਟੀਆਂ ਮੋਰੀਆਂ ਜੀ, ਤਾਂ ਉਹ ਪਾਣੀ ਭਰੀ ਜਾਂਦਾ, ਪਾਣੀ ਭਰੀ ਜਾਂਦਾ, ਭਰਨ ਦੇ ਨਾਲ ਭਾਰਾ ਹੋਣ ਦੇ ਨਾਲ ਉਹ ਖੁੱਲ੍ਹ ਜਾਂਦਾ। ਆਹ ਲਓ ਜੀ, ਇੱਕ ਅਖਬਾਰ ਦੇ ਟੁਕੜੇ ਦੇ ਨਾਲ ਤੁਹਾਨੂੰ ਦਿਖਾ ਦਿੱਤਾ ਗਿਆ ਕਿ ਫੁੱਲ ਕਿਵੇਂ ਖਿੜਦੇ ਆ। ਤਾਂ ਹੁਣ ਮੈਂ ਤੁਹਾਡੇ ਸਾਹਮਣੇ ਦਿਖਾਉਣਾ ਚਾਹੂੰਗਾ ਕਿ ਆਹ ਇੱਕ ਬੋਤਲ ਹੈ,
देखो जिहड़ी तुसीं गल करदे हो ना आ इस बोतल दे विच पानी भरे आपां ने होर की करना सी हुण इस विच मैं एक पिन मारता देखो तुहाडे सामने आ पिन मारे आपां ने इहदे च ਤਾਂ ਤੁਹਾਡਾ ਜਵਾਬ ਵੀ ਇਹ ਹੋਊਗਾ ਆਮ ਜਨਤਾ ਦਾ ਜਵਾਬ ਵੀ ਇਹ ਹੋਊਗਾ ਸਭ ਦਾ ਜਵਾਬ ਇਹ ਹੋਊਗਾ ਵੀ ਇਹਦੇ 'ਚ ਜੇ ਤੁਸੀਂ ਮੋਰੀ ਕਰਤੀ ਪਾਣੀ ਬਾਹਰ ਆਊਗਾ ਹੀ ਆਊਗਾ ਇਹੀ ਜਵਾਬ ਹੋਊਗਾ ਸਾਡਾ ਪਰ ਦੇਖ ਲੈਂਦੇ ਹੁਣ ਆਪਾਂ ਕਿਉਂਕਿ ਪ੍ਰਯੋਗ ਤਾਂ ਹੁੰਦਾ ਜਿਹੜੀ ਗੱਲ ਕਹੀ ਜਾਵੇ ਉਹ ਕਰਕੇ ਦੇਖੀ ਜਾਵੇ ਬਸ ਉਹੀ ਪ੍ਰਯੋਗ ਹੈ ਹੁਣ ਆਹ ਮੈਂ ਇਹਦੇ 'ਚ ਮੋਰੀ ਕਰਤੀ ਅਤੇ ਇਹਦੇ ਵਿੱਚੋਂ ਮੈਂ ਪਿੰਨ ਬਾਹਰ ਕੱਢ ਦਿਖਾਓ ਮੈਨੂੰ ਪਾਣੀ ਬਾਹਰ ਆਇਆ ਕਮਾਲ ਦੀ ਗੱਲ ਹੈ ਮੋਰੀ ਹੋਈ ਪਈ ਹੈ ਪਾਣੀ ਬਾਹਰ ਨਹੀਂ ਆ ਰਿਹਾ ਕਿੰਨਾ ਪਿੰਨ ਇਹਦੇ ਅੰਦਰ ਤੱਕ ਜਾ ਚੁੱਕਿਆ ਸੀਗਾ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦਿਖਾਇਆ ਤੁਸੀਂ ਕੱਢ ਲਓ ਆਪਣੇ ਹੱਥ ਨਾਲ ਕੋਈ ਗੱਲ ਨਹੀਂ ਇੱਕਦਮ ਬਾਹਰ ਕੱਢ ਦਿਉ ਖਿੱਚ ਕੇ ਆਹ ਦੇਖੋ ਮੋਰੀ ਤਾਂ ਹੈ ਪਰ ਪਾਣੀ ਬਾਹਰ ਨਹੀਂ ਆ ਰਿਹਾ ਸਿਧਾਂਤ ਬਹੁਤ ਵੱਡਾ ਸਪਸ਼ਟ ਕਰਦਾ ਕਿ ਇਹਦੇ ਉੱਤੇ ਦਬਾਓ ਹੈ ਹਵਾ ਦਾ ਦਬਾਓ ਹੈ ਹਵਾ ਦਾ ਦਬਾਓ ਹੈ ਸਾਡੇ ਉੱਤੇ ਵੀ ਹਵਾ ਦਾ ਦਬਾਓ ਹੈ ਇਹ 'ਚ ਵੀ ਹਵਾ ਦਾ ਦਬਾਓ ਹੈ ਉਹ ਹਵਾ ਦਾ ਦਬਾਓ ਇਹਨੂੰ ਰੋਕੀ ਬੈਠਾ ਹੁਣ ਜਿਵੇਂ ਅਸੀਂ ਹਵਾ ਦਾ ਦਬਾਓ ਛੱਡ ਦਾਂਗੇ ਢੱਕਣ ਬੰਦ ਹੈ ਉੱਤੋਂ ਹਵਾ ਅੰਦਰ ਨਹੀਂ ਜਾ ਰਹੀ ਜੇ ਆਪਾਂ ਇਹਦਾ ਢੱਕਣ ਖੋਲ ਦਈਏ ਫਿਰ ਪਾਣੀ ਬਾਹਰ ਆਊਗਾ ਹਾਂ ਹਾਂ ਇਹੀ ਤਾਂ ਚੀਜ਼ ਦਿਖਾਉਣੀ ਹੈ ਤੁਹਾਨੂੰ ਅੱਜ ਆਹ ਲਓ ਹੁਣ ਤੁਸੀਂ ਪਿੰਨ ਬਾਹਰ ਕੱਢ ਲਓ ਆਹ ਪਿੰਨ ਬਾਹਰ ਕੱਢ ਲਓ ਖਿੱਚ ਲਓ ਦੇਖੋ ਹੁਣ ਐਸੇ ਮੋਰੀ ਦੇ ਵਿੱਚੋਂ ਮੈਂ ਆਹ ਢੱਕਣ ਢਿੱਲਾ ਕਰੂੰਗਾ ਅਤੇ ਪਾਣੀ ਹੈ ਜਿਹੜਾ ਉਹ ਬਾਹਰ ਆਉਣਾ ਸ਼ੁਰੂ ਆਹ ਲ ਚੱਕ ਬਸ ਢਿੱਲਾ ਹੀ ਕਰਿਆ ਹਲੇ ਤਾਂ ਹੁਣ ਜਦੋਂ ਖੋਲਾਂਗੇ ਤਾਂ ਪ੍ਰੈਸ਼ਰ ਵਧੂਗਾ ਹਾਂ ਜਦੋਂ ਖੋਲਤਾ ਅਸੀਂ ਇਹ ਪ੍ਰੈਸ਼ਰ ਜਿਹੜਾ ਵੱਧ ਗਿਆ ਹੁਣ ਜਿਵੇਂ ਇਸ ਨੂੰ ਤੁਸੀਂ ਬੰਦ ਕਰਕੇ ਦੇਖੋ ਹੁਣ ਤੁਸੀਂ ਇਹਨੂੰ ਬੰਦ ਕਰ ਦਿਓ ਜੀ ਕਰ ਦਿਓ ਕਰ ਦਿਓ ਕਰ ਦਿਓ ਕਰ ਦਿਓ ਚੰਗੀ ਤਰ੍ਹਾਂ ਟਾਈਟ ਕਰ ਦਿਓ ਇਹ ਆ ਲਓ ਜੀ ਆ ਲਓ ਦੇਖ ਲਓ ਉਹ ਉਸੇ ਮੋਰੀ 'ਚੋਂ ਪਾਣੀ ਬੰਦ ਹੋ ਗਿਆ ਹੋਇਆ ਹੈ ਨਾ ਤਾਂ ਲੱਗਦਾ ਨਾ ਜਾਦੂ ਲੱਗਦਾ ਜਾਦੂ ਹੈ ਪਰ ਵਿਗਿਆਨ ਦੇ ਹਿਸਾਬ ਦੇ ਨਾਲ ਇਹ ਹੈ ਕਿ ਇਹ ਜਿਹੜਾ ਐਟਮੋਸਫੈਰਿਕ ਪ੍ਰੈਸ਼ਰ ਹੈ ਇਹ ਜਿਹੜਾ ਦਬਾਓ ਸੀ ਹਵਾ ਦਾ ਹੈ ਨਾ ਆਲੇ ਦੁਆਲੇ ਸਾਡੇ ਇੱਕ ਗੁਲਾਬ ਬਣਿਆ ਹੋਇਆ ਹਵਾ ਹੈ ਉਹਦਾ ਦਬਾਓ ਹੈ ਜਿਹਦੇ ਕਰਕੇ ਅਸੀਂ ਮਤਲਬ ਹੇਠਾਂ ਨੂੰ ਰਹਿੰਦੇ ਹਾਂ ਹੁਣ ਦੂਸਰੀ ਗੱਲ ਇਹ ਹੈ ਵੀ ਇਹ ਬਣਾ ਤਾਂ ਲਈ ਚੀਜ਼ ਪਰ ਇਹਦਾ ਫਾਇਦਾ ਕੀ ਹੈ ਹੁਣ ਐਵੇਂ ਜੇ ਮੋਰੀਆਂ ਕਰ ਕਰਕੇ ਰੱਖੀ ਜਾਵੇ ਉਹਦਾ ਕੋਈ ਫਾਇਦਾ ਤਾਂ ਨਾ ਹੋਇਆ ਫਾਇਦਾ ਕੀ ਹੈ ਫਾਇਦਾ ਇਹਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਜੀ ਹੁਣ ਤੁਹਾਡੇ ਸਾਹਮਣੇ ਮੈਂ ਦੱਸਣ ਜਾ ਰਿਹਾ ਕਿ ਆਹ ਜਿਹੜੀ ਇਸ ਦੇ ਵਿੱਚ ਅਸੀਂ ਮੋਰੀ ਕੀਤੀ ਸੀ ਹੁਣ ਇਸ ਨੂੰ ਐਜ਼ ਏ ਇੱਕ ਟੈਪ ਦਾ ਕੰਮ ਲਾਂਗੇ ਹੁਣ ਅਸੀਂ ਇਸ ਨੂੰ ਇੱਥੇ ਰੱਖ ਲੈਂਦੇ ਹਾਂ ਇਹ ਦੇਖੋ ਜੀ ਇਹ ਇੱਥੇ ਰੱਖ ਲਿਆ ਸੀ ਇਸ ਨੂੰ ਹੁਣ ਇੱਥੇ ਰੱਖਣ ਤੋਂ ਬਾਅਦ ਜਿਵੇਂ ਹੀ ਅਸੀਂ ਇਸ ਨੂੰ ਖੋਲ੍ਹਾਂਗੇ ਤਾਂ ਅਸੀਂ ਇੱਥੇ ਆਪਣਾ ਜਿਹੜਾ ਟੂਟੀ ਦਾ ਕੰਮ ਲੈ ਰਹੇ ਹਾਂ ਇਸ ਤੋਂ ਇਹ ਹੱਥ ਧੋਤੇ ਜਾ ਰਹੇ ਹਾਂ ਤੁਸੀਂ ਦੇਖ ਲਓ ਇਹ ਮੇਰੇ ਹੁਣ ਹੱਥ ਹੈ ਜਿਹੜੇ ਇਹ ਸਾਰੇ ਗਿੱਲੇ ਹੋ ਚੁੱਕੇ ਹੈ ਆਹ ਜਿਹੜਾ ਇਸ ਬੋਤਲ 'ਚੋਂ ਪਾਣੀ ਨਿਕਲ ਰਿਹਾ ਜੀ ਤਾਂ ਹੁਣ ਇਹ ਮੈਂ ਆਪਣੀ ਬੋਤਲ ਹੈ ਜਿਸ 'ਚ ਮੋਰੀ ਕਰਕੇ ਮੈਂ ਟੂਟੀ ਬਣਾ ਲਈ ਹੋਈ ਹੈ ਆਹ ਦੇਖ ਲਓ ਹੱਥ ਮੇਰੇ ਪੂਰੇ ਗਿੱਲੇ ਹੋ ਗਏ ਹੋਏ ਹੈ ਅਤੇ ਮੈਂ ਪਰ ਫਿਰ ਸੁਨੇਹਾ ਇਹੀ ਹੈ ਵੀ ਹੱਥ ਧੋਣ ਤੋਂ ਬਾਅਦ ਟੂਟੀ ਬੰਦ ਕਰਨੀ ਨਾ ਭੁੱਲੋ ਇਹ ਜ਼ਰੂਰੀ ਹੈ ਕਿ ਪਾਣੀ ਬਚਾਉਣਾ ਸਾਡਾ ਕਰਮ ਹੈ ਸੇਵ ਵਾਟਰ ਸੇਵ ਲੈ ਦੇਖੋ ਹੁਣ ਉਸ ਬੋਤਲ 'ਚੋਂ ਪਾਣੀ ਨਹੀਂ ਬਾਹਰ ਆ ਰਿਹਾ ਹੁਣ ਤੁਸੀਂ ਇੱਥੇ ਇਹ ਦੇਖੋ ਕਿ ਇਸ ਦੇ ਵਿੱਚ ਜਦੋਂ ਮੈਂ ਪਾਣੀ ਧੋ ਰਿਹਾ ਸੀ ਹੱਥ ਧੋ ਰਿਹਾ ਸੀ ਪਾਣੀ ਦੇ ਨਾਲ ਤਾਂ ਇਸ ਦੇ ਵਿੱਚੋਂ ਕਿੰਨਾ ਕੁ ਪਾਣੀ ਜਿਹੜਾ ਸਾਡਾ ਵਰਤਿਆ ਹੱਥ ਧੋਣ ਲਈ ਮੈਨੂੰ ਸਿਰਫ ਇੰਨੇ ਪਾਣੀ ਚਾਹੀਦਾ ਇੰਨਾ ਕੁ ਪਾਣੀ ਚਾਹੀਦਾ ਪਰ ਅਸੀਂ ਟੂਟੀਆਂ ਖੋਲ੍ਹ ਕੇ ਪਾਣੀ ਨੂੰ ਬਰਬਾਦ ਇਸ ਤਰ੍ਹਾਂ ਕਰ ਰਹੇ ਹਾਂ ਵੀ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਜਿਵੇਂ ਪਾਣੀ ਪੀਣਾ ਹੀ ਨਹੀਂ ਹੁੰਦਾ ਤੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਕਿਤੇ ਨਾ ਕਿਤੇ ਸੁਨੇਹਾ ਦਿੰਦੀਆਂ ਕਿ ਇਹਨਾਂ ਨੂੰ ਐਪਲੀਕੇਸ਼ਨ 'ਚ ਲਿਆਈਏ ਅਤੇ ਗਿਆਨ ਨੂੰ ਜਦੋਂ ਐਪਲੀਕੇਸ਼ਨ 'ਚ ਲਿਆ ਜਾਂਦਾ ਨੌਲੇਜ ਨੂੰ ਉਸ ਨੂੰ ਕਿਹਾ ਜਾਂਦਾ ਟੈਕਨੋਲੋਜੀ ਅਸੀਂ ਲਫ਼ਜ਼ ਵਰਤਦੇ ਹਾਂ ਸਾਇੰਸ ਐਂਡ ਟੈਕਨੋਲੋਜੀ ਸਾਇੰਸ ਤਾਂ ਇਹ ਹੈ ਵੀ ਅਸੀਂ ਪੜ੍ਹਾਈ ਕੀਤੀ ਵੀ ਆਹ ਚੀਜ਼ ਇਸ ਤਰ੍ਹਾਂ ਹੁੰਦੀ ਹੈ ਹਵਾ ਦਾ ਦਬਾਅ ਇਹਦੀ ਐਪਲੀਕੇਸ਼ਨ ਬਣਾਤੀ ਹੈ ਟੈਕਨੋਲੋਜੀ ਹੋ ਗਈ